ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਝਾਂ ਅਤੇ 1 ਗਾਂ ਤੁਹਾਨੂੰ ਦਿਖਾਉਣੀ ਆ। ਅਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੀ ਇੱਥੇ ਆ ਕੇ 2 ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅਤੇ ਗੱਬਨ ਆਪਣੀ ਪਾਸ ਕਰਕੇ ਖੜੋ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਠਾਕ ਜੀ? ਵਧੀਆ ਜੀ, ਵਧੀਆ। ਅਤੇ ਕਿੰਨੀ ਅੱਜ 5? ਹਾਂਜੀ 5 ਮੱਝਾਂ ਅਤੇ 1 ਗਾਂ, ਹੈ ਨਾ? 4 ਮੱਝਾਂ ਸੂਈਆਂ, 1 ਗੱਬਣੇ। ਅਤੇ ਨਾਮ ਦੱਸ ਦੇ ਕਰ। ਨਾਮ ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਫੋਨ ਨੰਬਰ ਵੀ ਬੋਲ ਦਿਓ। 9568627। ਠੀਕ ਹੈ, ਅਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਕੁੰਡੀ ਝੋਟੀ ਤੋਂ ਕਰ ਲਈਏ ਨਾ। ਬਿਲਕੁਲ, ਛੋਟਾ ਸਿੰਘ ਹੈ ਜਿਹੜਾ ਝੋਟੀ ਦਾ। ਠੀਕ ਹੈ ਜੀ, ਜੇ ਕੋਈ ਰੁਪਈਆ ਨਹੀਂ ਘੱਟੂਗਾ ਤਾਂ ਝੋਟੀ ਮੁੱਕਦੀ ਖੜਾਂਗੇ। ਠੀਕ ਹੈ, ਹਾਂਜੀ ਬਿਲਕੁਲ, ਛੋਟੇ ਸਿੰਘ ਦੀ ਝੋਟੀ ਹੈ ਜਿਹੜੇ ਵਿੱਚ ਸ਼ਕੀਨ ਹੈ। ਅੱਛਾ, ਮਗਰ ਕੱਟੀ ਆ ਇਹਦੇ। ਅਤੇ ਹੈ ਵੀ ਪਿੱਠਪੁੜੀ ਦੀ ਚੰਗੀ ਆ। ਕਿੰਨਾ ਚਿਰ ਹੋਇਆ ਜੀ ਇਹਨਾਂ ਸੂਈ ਨੂੰ? ਸੂਈ ਨੂੰ 6-7 ਦਿਨ ਹੋ ਗਏ ਨਾ, ਉਹ ਕੱਟੀ ਜੀ। ਤੇ ਕਿੰਨਾ ਦੁੱਧ ਤਿਆਰ ਜੀ ਇਹਦੇ ਕੋਲ? 8 ਕਿਲੋ ਹੋਣਾ ਜੀ। 8 ਕਿਲੋ ਆ, ਹਾਂਜੀ। ਤੇ ਕਿੰਨਾ ਕੁ ਦੁੱਧ ਕਰੀ ਜਾਓ? 10 ਲੀਟਰ ਬਾਅਦ ਨੂੰ ਪਹਿਲਾਂ ਕੱਟੀ ਆ। ਬਾਕੀ ਚਿਹਰਾ ਇੱਕ ਵਾਰੀ ਤੁਹਾਨੂੰ ਇਹਦਾ ਦਿਖਾਈਏ। ਵੇਖੋ, ਆਹ ਦੇਖ ਸਕਦੇ, ਨਹੀਂ ਲੰਘਦੀ, ਰੋਕ ਦਿਓ ਇੱਕ ਵਾਰੀ। ਆਹ ਦੇਖ ਸਕਦੇ, ਬਿਲਕੁਲ ਛੋਟੇ ਸਿੰਘ ਦੀ ਝੋਟੀ। ਇਹਦੇ ਮਗਰ ਨੀਲੀ ਦੀ ਕੱਟੀ ਆ, ਉਹ ਵੀ ਤੁਹਾਨੂੰ ਦਿਖਾਉਂਦੀ। ਬਾਕੀ ਆਹ ਦੇਖ ਸਕਦੇ ਜੀ ਪਿੱਠਪੁੜੇ ਦਾ। ਬਾਕੀ ਥੱਲਿਓਂ ਵੀ ਚੰਗੀ ਬਣੀ ਆ, ਅਜੇ ਟਾਈਮ ਵੀ ਦੁਪਹਿਰ ਦਾ ਵਾ। ਅਤੇ ਬਾਕੀ ਪਿੱਠਪੁੜੇ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ। ਅਤੇ ਆਹ ਕੱਟੀ ਇਹਦੀ ਜਿਹੜੀ ਤੁਹਾਨੂੰ ਦਿਖਾ ਦਈਏ, ਆਹ ਕੱਟੀ ਜੀ, ਸੋਹਣੀ ਕੱਟੀ ਆ ਇਹਦੇ ਮਗਰ। ਕਿੰਨਾ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ ਆਪਾਂ? ਜੇ ਅੱਜ ਕਰ ਦਈਏ ਕਿ ਫਿਰ ਕਿੰਨੇ ਦੀ ਦੇ ਦੇਣੀ ਆ? ਦੇ ਦਈਏ 72,000 ਦੀ ਦੇ ਦਈਏ। ਅੱਛਾ, 70,000 ਦੀ, ਠੀਕ ਹੈ। ਬਾਕੀ ਮੌਕੇ ਤੇ ਛੋਟ ਛਾਟ ਹੋਰ ਕਰ ਦਿਓ। ਅੱਛਾ, ਅੱਛਾ 65,000 ਦੀ, ਠੀਕ ਹੈ। ਇਹ ਕਿੱਥੋਂ ਲੱਭ ਲਿਆਂਦੀ ਜੀ ਅੱਜ? ਮਗਰ ਕੱਟੀ ਵੀ ਨੀਲੀ ਦੀ ਸੋਹਣੀ ਕੱਟੀ ਆ, ਤੇ ਆਹ ਥਾਣਾ ਹਵਾਨਾ ਕਦੇ ਲੱਗ ਗਿਆ ਤਾਂ ਦੇਖ ਸਕਦੇ ਜੀ। ਅਜੇ ਟਾਈਮ ਜਿਹੜਾ ਦੁਪਹਿਰ ਦਾ ਵਾ, ਕੋਈ ਵੀਰ ਉਸ ਹਿਸਾਬ ਨਾਲ ਹਵਾਨੇ ਦਾ ਅੰਦਾਜ਼ਾ ਲਾਵੇ। ਤੇ ਆ ਜਿਹੜੀ ਦੂਸਰੇ ਨੰਬਰ ਤੇ ਜੀ, ਇਹ ਦੂਜੇ ਸੂਏ ਝੋਟੀ ਸੂਈ ਜੀ ਵੀਰ ਜੀ। ਅੱਛਾ, ਇਹਦੇ ਕੋ ਬੱਚਾ ਜੇ 5 ਦਿਨ ਵਾਲੇ 6 ਵਾਲੇ 11 ਕਿਲੋ ਦੁੱਧ ਤਿਆਰ ਹੋਊਗਾ। ਤਿਆਰ ਜਿਹੜਾ ਪਵਾ ਕੇ ਦੇਣਾ ਆ। ਠੀਕ, ਸਵਾਈ ਲੱਗੀ ਆ ਹੁਣ, ਇਹ ਜਾਈ ਆ ਠੀਕ। ਮਾਰ ਤੁਸੀਂ ਬੁਲਾਏ, ਦੋਵੇਂ ਝੋਟੀਆਂ ਹੋਣੀ ਆਈਆਂ, ਦੋ ਝੋਟੀਆਂ ਹੋਣੀ ਆਈਆਂ, ਇੱਕ ਜਿਹੜੀ ਇਸ ਤੋਂ ਬਾਅਦ ਦਿਖਾਉਣੀ ਤੇ ਇੱਕ। ਇਹ ਚਵਾਈ ਲੱਗੀ ਕਿ ਕਾਹਨੂੰ ਗੱਲਾਂ? ਵੇਖੋ ਠੀਕ ਹੈ, ਮੋਟਰੀ ਆ ਠੀਕ ਹੈ ਜੀ। ਚਲੋ ਖੋਲੋ ਫਿਰ, ਦੋ ਹੱਥਾਂ ਵੀ ਇਹਦੇ ਦੇਖ ਸਕਦੇ ਜੀ। 11 ਕਿਲੋ, 2 ਕਿਲੋ ਗਾੜੀ ਹੋਊਗੀ ਜੀ। ਠੀਕ ਹੈ ਜੀ, 11 ਕਿਲੋ ਦੀ ਚੋਰੀ ਹੋ ਸਕਦੀ ਹੈ। 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਆ ਮੌਕੇ ਤੇ। 13 ਚੋਣਾ 14 ਕਿਲੋ ਰਹੂਗੀ, ਪੰਜਵਾਂ ਦਾ ਸਹੀ ਨਹੀਂ ਜੀ। ਬਾਕੀ ਚਲੋ ਪਿੱਠਪੁੜੀ ਦੀ ਇਹ ਵੀ ਚੰਗੀ ਹੈ, ਅਤੇ ਥੱਲਿਓਂ ਵੀ ਚੰਗੀ ਖੁੱਲ੍ਹੀ ਤਿਆਰ ਹੋਈ ਹੈ।
ਹਾਂ ਦੇਖ ਸਕਦੇ ਹਵਾਨਾ ਇਹਦਾ ਵੀ ਲਾਗੇ ਤੋਂ ਚਵਾ ਵੀ ਚੰਗਾ ਵਾ ਤੇ ਹਵਾਨਾ ਵੀ ਥੱਲੇ ਦੇਖ ਸਕਦੇ ਜੀ। ਦੁੱਧ ਜਿਹੜਾ ਵਾ ਕਿੰਨਾ ਕੁ ਦੁੱਧ ਕੱਢੀ ਜਾਓਗੇ ਵੀਰ ਜੀ? ਤੇ ਇਹਦਾ ਮੁੱਲ ਤੇ ਜੈਸ ਨੋ ਕਿੰਨੇ ਦੀ ਜੀ? ਕਰ ਦੋ ਆਪ ਹੀ 80 ਦੇ ਦਈਏ। ਹੋਰ ਕਰ ਦੋ ਮਾਨ ਦੱਸੋ ਕਿੰਨੇ ਦੇ ਦਈਏ? ਪੂਰੇ 75 ਦੀ ਦੇ ਦਈਏ। 70,000 ਦੀ ਆਣਾ ਦਵਾਂਗੇ ਜੀ। ਅੱਛਾ 70,000 ਦੀ, 70,000 ਦੀ 11 ਕਿਲੋ ਦੁੱਧ ਤੁਹਾਡੇ ਕੋਲ ਚੋਕੇ ਤਸੱਲੀ ਕਰਦੇ। ਹੁਣ ਮੌਕੇ ਤੇ ਜਿਹੜਾ 11 ਲੀਟਰ ਕਹਿੰਦੇ ਕਿ ਤਿਆਰ ਆ ਤੇ ਆ ਹਵਾਨਾ ਵੀ ਇਹਦਾ ਦੇਖ ਸਕਦੇ ਆਪਾਂ ਲਾਗੇ ਤੋਂ ਤੇ ਆਹ ਬੱਚਾ ਜੇ ਦੇ ਮਗਰ ਨਾੜੂ ਜਿਹੜਾ ਬੱਚੇ ਦਾ ਨਾਲ ਹੀ ਆ ਆਹ ਦੇਖ ਸਕਦੇ ਮਗਰ ਕੱਟਾ ਜੇ ਦੇ ਤੇ ਇਹਦੇ ਮਗਰ ਕੱਟਾ ਪੂਰਾ ਪਲਿਆ ਫਿਰ ਚੰਗਾ ਚੰਗਾ ਰੀਜਨ ਹੈ ਕਰਿਆ ਇੱਧਰ ਨੂੰ ਕੱਟਾ ਵੀ ਇੱਕ ਨਹੀਂ ਦਿਖਾਈ ਹਾਂ ਦੇਖ ਸਕਦੇ ਇਹਦੇ ਥੱਲੇ ਭਾਵੇਂ ਇਸ ਤਰ੍ਹਾਂ ਹੀ ਬਹਿ ਜਾਓ ਅਜੇ ਆਈ ਨਾ ਥੋੜ੍ਹਾ ਚਿਰ ਹੋਇਆ ਵਾ ਬਹੁਤ ਚਵਾ ਝੋਟੀ ਮੰਗਾ ਬਹੁਤ ਸਾਫ਼ ਯਾਦ ਹੀ ਕਰੀ ਝੋਟੀ ਕੇ ਪੈਣੀ ਇਸ ਲੋ ਬੱਤੇ ਬਾਅਦ ਹੀ ਧਰ ਕੇ ਜਿੱਦਾਂ ਮਰਜ਼ੀ ਚੋ ਠੀਕ ਹੈ 9 ਕਿਲੋ ਕਰਕੇ ਦਵਾਂਗੇ ਝੋਟੀ ਤੇ ਕੱਟਾ ਇੱਕ ਵਾਰੀ ਦਿਖਾਈਏ ਨਾ ਇੱਧਰ ਨੂੰ ਕਰਿਓ ਇੱਧਰ ਨੂੰ ਕੱਟਾ ਦੇਖ ਦੇ ਕਮਾਲ ਦਾ ਯਾਰ ਹਾਂ ਦੇਖ ਸਕਦੇ ਜੀ ਕੱਟੇ ਨੇ ਕਿਸੇ ਨੇ ਦੁੱਧ ਚੰਗਾ ਛੱਡਿਆ ਵਾ ਸਾਰੇ ਇਹਦੇ ਛੱਡ ਛੱਡਨੇ ਨੇ ਥੋੜਾ ਬੋਲਾ ਚੋਨੇ ਆ ਅੱਛਾ ਇੱਕੋ ਉਹਨਾਂ ਨੂੰ ਮਾਝੀ ਆ ਕੋ ਬਾਹਰ ਬੋਰੀਆਂ ਨੇ ਇੱਕੋ ਇੱਕ ਥੋੜਾ ਬੋਲਾ ਚੋਨੇ ਆ ਅੱਛਾ ਹਾਂਜੀ ਹੁਣ ਝੋਟੀ ਕਿਉਂ ਕਿੰਨਾ ਦੁੱਧ ਉਤਰਾ ਦੁੱਧ ਵੀ ਜੀ 10 ਕਿਲੋ 9 ਕਿਲੋ ਕਰਕੇ ਦੇਣੀ ਝੋਟੀ ਜਿਹੜਾ ਪੱਕਾ ਤਿਆਰ ਆ ਚਵਾ ਕੇ ਦੇਣੀ ਤਸੱਲੀ ਕਰਾ ਕੇ ਤੋਰੋ ਫਿਰ ਇਹਨੂੰ ਵੱਡੀ ਝੋਟੀ ਆ ਬੜੀ ਥਲੇ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਹਾਂ ਦੇਖ ਸਕਦੇ ਹਵਾਨਾ ਇਹਦਾ ਵੀ ਲੱਗ ਗਿਆ ਤਾਂ ਤੇ ਇਹਦਾ ਫਿਰ ਮੁੱਲ ਬਾਕੀ ਚੰਗੇ ਕੱਦ ਕਾਠ ਚ ਆ ਗੱਬਨ ਚ ਮੱਝ ਇਹ ਕਿੰਨੇ ਕੁ ਦੁੱਧ ਵਾਲੀ ਆ ਚੰਗੇ ਪਿੰਡ ਫੁੜੇ ਦੀ ਆ ਠੀਕ ਹੈ ਜੀ ਤੋਰੋ ਫਿਰ ਇਹਨਾਂ ਨੂੰ ਟਾਈਮ ਕਿੰਨਾ ਕੁ ਲੈ ਜਾਊਗੀ 5-4 ਦਿਨ ਦੀ ਥਣਾ ਦੀ ਪਿੱਛੇ ਦੀ ਗਾਰੰਟੀ ਠੀਕ ਆ ਬਾਕੀ ਹਲੇ ਵੀ ਸੋਣ ਤੱਕ ਇਹਨੇ ਚੰਗੀ ਭਰ ਜਾਣਾ ਹੈ ਚੰਗੀ ਰਾਜੀ ਸਾਂਭੀ ਸੁੰਭੀ ਚੰਗੀ ਹੈ ਗਾਹਣ ਵੀ ਚੰਗੀ ਆ ਅਤੇ ਪਛਾਣ ਵੀ ਚੰਗੀ ਭਰਨ ਦੀ ਹੈ ਤਾਂ ਇਹਦਾ ਵੀ ਹਵਾਨਾ ਦੇਖ ਸਕਦੇ ਕਰੀ ਲਾਗੇ ਤੋਂ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਹੈ ਠੀਕ ਹੈ
ਤੇ ਯੈਸ ਨੋ ਕਿੰਨੇ ਦੀ ਹੈ? 70 ਦੀ ਦੇ ਦਈਏ। 2000 ਛੱਡ ਦਈਏ ਵਿੱਚ। ਹਾਂ ਨਾ ਵੀ 65000 ਦੀ ਦੇਵਾਂਗੇ। ਅੱਛਾ ਵੀ 65000 ਦੀ, ਠੀਕ ਹੈ ਵੀ 65 ਤੇ ਕਿੰਦੇ ਦੇ ਦੇਣੀ ਆ। ਬਾਕੀ ਪਿੱਠ ਪੁੜੇ ਤੇ ਵੀ ਦੇਖ ਸਕਦੇ, ਚੰਗੀ ਆ। ਬਾਕੀ ਇਹਨੇ ਬਹੁਤੇ ਦੇਣ ਨਹੀਂ ਖੜਨੇ, ਛੇਤੀ ਸੂ ਪੈਣਾ ਇਹਨੇ। ਹੁਣ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੀ ਆ, ਹੈ ਭਾਵੇਂ ਸਰੀਰ ਥੋੜ੍ਹੀ ਲਿੱਸੀ ਆ ਪਰ ਕੱਦ ਕਾਠ ਚੰਗਾ। ਇਹਦੇ ਕੋਲ ਕਿੰਨਾ ਦੁੱਧ ਵੀਰ ਜੀ? ਦੁੱਧ 8 ਕਿਲੋ 7 ਕਿਲੋ ਵਰਗੇ ਦਵਾਂਗੇ। 7 ਕਿਲੋ ਦੁੱਧ ਹੈਗਾ, ਕੱਟੀ ਇਹਦੇ, ਠੀਕ ਹੈ। ਤੇ ਇਹਦਾ ਮੁੱਲ? ਮੁੱਲ 55000। ਤੇ ਇਹ ਕਿੰਨੇ ਦੀ ਜੈਸ ਨਾ? ਹਾਂ ਨਾ ਪੂਰੇ 50000 ਦੀ ਹੋਣੀ ਦਵਾਂਗੇ। ਅੱਛਾ ਪੂਰੇ 50000 ਦੀ, 50000 ਦੀ। ਬਾਕੀ ਛੋੜ ਛਾੜ ਮੌਕੇ ਤੇ ਹੋ ਜਾਊਗੀ। ਤੇ ਹੁਣ ਇੱਕ ਗਾਂ, ਤੇ ਜਿਹੜੀ ਗਾਂ ਐਂਡ ਤੇ ਦਿਖਾਉਣੀ ਆ, ਕਿੰਨਾ ਚਿਰ ਹੋਇਆ ਸੂਈ ਨੂੰ? ਇਹ ਪਰਸੋਂ ਦੀ ਸੂਈ ਹੈ। ਪਰਸੋਂ ਦੀ ਸੂਈ ਆ? ਹਾਂਜੀ। ਤੇ ਕਿੰਨਾ ਕੁ ਬੋਲਾ ਤੇ ਦੁੱਧ ਤਿਆਰ? 10 ਕਿਲੋ ਵੀਰ ਜੀ ਚੋ ਕੇ ਤਸੱਲੀ ਕਰਾ ਕੇ ਦੇਵਾਂਗੇ। ਤਿਆਰ ਜਿਹੜਾ? ਤਿਆਰ ਦੁੱਧ 15-16 ਕਿਲੋ ਬੈਠ ਦਊਗੀ, ਦਊਗੀ ਚਿੱਟਾ ਮੀਆਰ ਦਾ। ਬਾਕੀ ਨੂੰ ਗਾਂ ਗਰਮੀ ਦੀ ਕੋਈ ਪਰਵਾਹ ਨਹੀਂ ਆ। ਠੀਕ ਆ। ਹਾਂਜੀ। ਤੇ ਹੁਣ 10 ਲੀਟਰ ਜਿਹੜਾ ਘਰੋਂ ਚਵਾ ਦਊ? ਮਗਰ ਵੱਛਾ ਜੀ। ਤੇ ਦੁੱਧ ਕਿੰਨਾ ਦੱਸਿਆ ਚਵਾਈ ਜਾਊਗੀ? ਦੁੱਧ 14-15 ਕਿਲੋ ਦੇ ਜਾਊਗੀ। ਲਿਆਓ ਫਿਰ ਤੋਰੋ। ਜਿਹਦੇ ਲੱਗੀ ਕਾਹਨੂੰ ਕਹਣਾ। ਸੂਆ ਕਿਨਵਾ ਸੂਈ ਜੇ? ਦੂਜਾ। ਲਿਆਓ ਤੋਰ ਦਿਓ। ਬਾਕੀ ਹਵਾ ਨੇਰੀ ਤੱਕ ਥੋੜੀ ਗਾਂ ਨੂੰ ਰੱਖਦੀ ਹੈ। ਕੱਦ ਕਾਠ ਦੀ ਉਹ ਤਰ੍ਹਾਂ ਚੰਗੀ ਹੈ। ਹਾਂ ਦੇਖ ਸਕਦੇ ਹਵਾ ਨੇ ਇਹਦਾ ਲੱਗ ਗਿਆ ਤਾਂ ਇੱਕ ਵਾਰੀ। ਬਾਕੀ ਥਣ ਵੀ ਚੰਗਾ ਲੱਗਾ ਹੈ। ਤੇ ਇਹਦਾ ਫਿਰ ਮੁੱਲ? ਮੁੱਲ ਤੇ 40000 ਦੇ। ਤੇ ਯੈਸ ਨੋ ਕਿੰਨੇ ਦੀ ਦੇ ਦੇਣੀ? 10 ਤੋਂ ਕਿੰਨੇ ਦੇ ਦੇਈਏ? ਵੈੜ ਚੰਗੀ ਥਾਣੇ ਤੋਂ ਕੱਡਾ ਗੁੱਲਾ ਲਗਾਇਆ ਕਰ ਦੋ ਵਿੱਚ ਗੁਮਾਨ ਤਨ। ਦੋ ਛੱਡ ਦਈਏ? ਹਾਂਜੀ ਦੋ ਛੱਡ ਦਈਏ। 1000 ਹੋਰ ਛੱਡ ਦਈਏ ਫਿਰ 37 ਦੀ। 35000 ਦੀ ਆ ਨਾ ਦੇ ਦਾਂਗੇ। ਅੱਛਾ 35000 ਦੇ। 10 ਕੋਲ ਬੋਲਾ ਚੋਗੇ ਤਸੱਲੀ ਕਰ ਗੱਡੀ ਕਰੀ ਕੋਈ। ਠੀਕ ਹੈ ਜੀ। ਤੇ ਠੀਕ ਹੈ ਵਿਜੇ ਕੁਛ ਹੈ ਨਾ ਫਿਰ। ਠੀਕ ਹੈ ਜੀ। ਬਾਕੀ ਇਹ ਆ ਵੀ ਇੱਕੋ ਹੀ ਗੱਬਣ ਆ, ਬਾਕੀ ਸਾਰੀਆਂ ਸੂਈਆਂ ਵਾ। ਆਪਣੀ ਇੱਥੇ ਆ ਕੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ, ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਉਹ ਆਪਣੇ ਵੀਡੀਓ ਕਾਲ ਤੇ ਚਵਾਈ ਕਰਾ ਲਓ। ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾਂ ਚਵਾਈ ਤੋਂ ਪਸ਼ੂ ਖੜੋ, ਤੇ ਜਾਂ ਕਿਸੇ ਦੀ ਗਰੰਟੀ 'ਤੇ ਖੜੋ। ਆਪਣੀ ਗਰੰਟੀ 'ਤੇ ਆਪਣੀ ਸਮਝ ਨਾਲ ਪਸ਼ੂ ਲਿਆ ਕਰੋ ਜੀ।